ਆ ਦੇਖੋ ਤੁਹਾਡੇ ਸ਼ਹਿਰ ਦੇ ਵਿੱਚ ਕਿਵੇਂ ਸੜਕਾਂ ਤੇ ਬਦਮਾਸ਼ ਘੁੰਮ ਰਹੇ ਨੇ, ਹੱਥਾਂ ਦੇ ਵਿੱਚ ਹਥਿਆਰ ਤੇ ਪੂਰੀ ਡਾਰ ਦੀ ਡਾਰ ਬਾਜ਼ਾਰਾਂ ਦੇ ਵਿੱਚ ਘੁੰਮ ਰਹੀ ਹੈ। ਜੇ ਇੱਕ ਦੁਕਾਨਦਾਰ ਨੇ ਪੁੱਛ ਲਿਆ ਤਾਂ ਦੇਖੋ ਕਿਵੇਂ ਉਸ ਨੂੰ ਘੇਰਾ ਪਾ ਕੇ ਖੜ ਗਏ, ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਆ ਤਾਂ ਹੱਦ ਹੀ, ਇੰਝ ਲੱਗਦਾ ਹੈ ਜਿਵੇਂ ਇਹਨਾਂ ਦੇ ਹੱਡਾਂ ਦੇ ਵਿੱਚੋਂ ਪੁਲਿਸ ਦਾ ਡਰ ਹੀ ਖਤਮ ਹੋ ਚੁੱਕਾ ਹੈ। ਜੇ ਇਹਨਾਂ ਦੀ ਉਮਰਾਂ ਦੇਖੀਆਂ ਜਾਣ ਤਾਂ 20 ਤੋਂ ਲੈ ਕੇ 30 ਦੀ ਉਮਰ ਦੇ ਵਿੱਚ ਇਹ ਨੌਜਵਾਨ ਨੇ, ਖਾਸੀ ਵੱਡੀ ਉਮਰ ਇਹਨਾਂ ਦੀ ਨਹੀਂ ਲੱਗ ਰਹੀ। 20 ਤੋਂ 25 ਇਹ ਸ਼ਰਾਰਤੀ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈ ਕੇ ਹੁਸ਼ਿਆਰਪੁਰ ਦੇ ਕਸਬਾ ਕਮਾਹੀ ਦੇਵੀ ਦੇ ਵਿੱਚ ਘੁੰਮ ਰਹੇ ਨੇ। ਇੰਝ ਡਾਪਦਾ ਹੈ ਕਿ ਇਹਨਾਂ ਨੂੰ ਕਿਸੇ ਦਾ ਡਰ ਨਹੀਂ। ਪ੍ਰਸ਼ਾਸਨ ਨੂੰ ਵੀ ਕਈ ਵਾਰ ਸ਼ਿਕਾਇਤ ਕੀਤੀ ਗਈ ਕਿਉਂਕਿ ਅਕਸਰ ਹੀ ਇਹ ਨੌਜਵਾਨ ਇੱਦਾਂ ਹਮਲੇ ਕਰਨ ਜਾਂਦੇ ਨੇ, ਤਾਂ ਕਰਕੇ ਇੱਕ ਦੁਕਾਨਦਾਰ ਨੇ ਇਹਨਾਂ ਨੂੰ ਰੋਕ ਕੇ ਪੁੱਛ ਲਿਆ ਕਿ ਹਾਂ ਬਈ ਕਿੱਧਰ ਘੁੰਮ ਰਹੇ ਹੋ, ਕੀ ਇਰਾਦਾ ਹੈ ਤੁਹਾਡਾ। ਤਾਂ ਦੇਖੋ ਕਿਵੇਂ ਇਕੱਠੇ ਹੋ ਕੇ ਉਸ ਨੂੰ ਧਮਕਾਉਣ ਲੱਗੇ, ਪਰੇਸ਼ਾਨ ਕਰਨ ਲੱਗੇ। ਦੁਕਾਨਦਾਰ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ, ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਨਹੀਂ ਆਇਆ। ਉਹਨਾਂ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆਖਿਰਕਾਰ ਇਹ ਬਦਮਾਸ਼ ਇੰਨੇ ਹਥਿਆਰ ਲੈ ਕੇ ਸੜਕਾਂ 'ਤੇ ਘੁੰਮ ਕਿਉਂ ਰਹੇ ਨੇ, ਕੀ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ। ਕਿਉਂਕਿ ਅਕਸਰ ਹੀ ਤੁਸੀਂ ਦੇਖਦੇ ਹੋਵੋਗੇ ਕਿ ਇਵੇਂ ਹੀ ਡਾਰਾਂ ਦੀਆਂ ਡਾਰਾਂ ਬਣਾ ਕੇ ਜਿਹੜੇ ਨੌਜਵਾਨ ਨੇ ਅੱਜ ਕੱਲ੍ਹ ਦੇ, ਉਹ ਆਪਸ ਦੇ ਵਿੱਚ ਲੜਾਈ ਕਰਨ ਜਾਂਦੇ ਨੇ, ਇੱਕ ਦੂਜੇ ਦੇ ਘਰਾਂ 'ਤੇ ਹਮਲਾ ਕਰਦੇ ਨੇ। ਤਾਂ ਕਰਕੇ ਦੁਕਾਨਦਾਰ ਨੇ ਵੀ ਇਹ ਸਮਝਿਆ ਅਤੇ ਪੁਲਿਸ ਨੂੰ ਇਤਲਾਹ ਕੀਤੀ। ਪੁਲਿਸ ਨਹੀਂ ਆਈ ਤਾਂ ਦੁਕਾਨਦਾਰ ਦੇ ਵੱਲੋਂ ਮੀਡੀਆ ਅੱਗੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ। ਆਓ ਦੁਕਾਨਦਾਰ ਦੇ ਮੂੰਹੋਂ ਹੀ ਸੁਣ ਲੈਂਦੇ ਹਾਂ ਕਿ ਆਖਿਰਕਾਰ ਗੱਲ ਕੀ ਹੋਈ ਸੀ, ਇਹ ਬਦਮਾਸ਼ ਨੌਜਵਾਨ ਸੜਕਾਂ 'ਤੇ ਕੀ ਕਰ ਰਹੇ ਸੀ। ਭਾਅ ਜੀ, ਤਕਰੀਬਨ 4:30-5 ਵਜੇ ਦੇ ਟਾਈਮ ਦੇ ਵਿੱਚ ਕੋਈ 25-30 ਜਣੇ ਤੇਜ਼ਧਾਰ ਹਥਿਆਰ, ਕੋਈ ਡਾਟ, ਕੋਈ ਡੰਡੇ ਲੈ ਕੇ ਇੱਥੇ ਆ ਕੇ ਗਾਲਾਂ ਗਲੋਚ ਕੱਢਣ ਲੱਗ ਪਏ। ਆਪਾਂ ਅੰਦਰ ਬੈਠੇ ਸੀ, ਅੰਦਰੋਂ ਜਦੋਂ ਮੈਂ ਬਾਹਰ ਨਿਕਲਿਆ ਤਾਂ ਬੜੀਆਂ ਗੰਦੀਆਂ ਅਪਸ਼ਬਦ ਗਾਲਾਂ ਕੱਢਦੇ ਪਏ ਸੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਾਹਤੋਂ ਇੱਥੇ ਗਾਲਾਂ ਕੱਢਦੇ, ਕਹਿੰਦੇ ਸਾਨੂੰ ਕੋਈ ਨਹੀਂ ਰੋਕ ਸਕਦਾ। ਅਸੀਂ SHO ਸਾਹਿਬ ਦੀ ਉਹਨਾਂ ਨੂੰ ਧਮਕੀ ਵੀ ਦਿੱਤੀ, ਥਾਣੇ ਪ੍ਰਸ਼ਾਸਨ ਦੀ ਧਮਕੀ ਦਿੱਤੀ, ਉਹ ਕਹਿੰਦੇ ਸਾਨੂੰ ਕੋਈ ਕੁਛ ਨਹੀਂ ਕਰ ਸਕਦਾ, ਤੁਸੀਂ ਜਿੱਥੇ ਕਰਨਾ ਜੋ ਕਰਨਾ ਕਰ ਲਵੋ। ਅਤੇ ਅਸੀਂ ਬਹੁਤ ਇਸ ਵੇਲੇ, ਸਾਡਾ ਬਾਜ਼ਾਰ ਇੱਕ ਕੰਢੀ ਏਰੀਏ ਦੇ ਵਿੱਚ ਰਹਿੰਦੇ ਹਾਂ, ਅਸੀਂ ਇੱਕ ਸ਼ਾਂਤਮਈ ਮਾਹੌਲ ਦੇ ਵਿੱਚ ਰਹਿੰਦੇ ਹਾਂ। ਅਸੀਂ ਅਪੀਲ ਕਰਦੇ ਹਾਂ ਕਿ ਇੱਦਾਂ ਦੇ ਮਾਹੌਲ ਨੂੰ ਥੋੜ੍ਹਾ ਠੱਲ ਪਾਈ ਜਾਵੇ, ਜਿਹੜਾ ਗੁੰਡਾਗਰਦੀ ਰਾਜ ਆਉਂਦਾ ਪਿਆ ਸਾਡੇ ਏਰੀਏ 'ਚ। ਅਤੇ ਅਸੀਂ ਪ੍ਰਸ਼ਾਸਨ ਨੂੰ ਵੀ ਅਤੇ ਹਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਦੇ 'ਤੇ ਥੋੜ੍ਹੀ ਠੱਲ ਪਾਈ ਜਾਵੇ। ਪ੍ਰਸ਼ਾਸਨ ਦਾ ਅਧਿਕਾਰੀ ਦਾ ਫੋਨ ਆਇਆ ਸੀ SHO ਸਾਹਿਬ ਦੇ ਕਿ ਆਪਾਂ ਬੰਦਾ ਭੇਜਦੇ ਪਏ ਹਾਂ, ਕਿਸੇ ਸਰਪੰਚ ਸਾਹਿਬ ਦੀ ਇੱਧਰ ਹੁਸ਼ਿਆਰਪੁਰ ਵਿੱਚ ਹੱਤਿਆ ਹੋ ਗਈ ਸੀ, ਉਹਦੇ ਮੁਤਲਕ ਉੱਧਰ ਡਿਊਟੀਆਂ ਲੱਗੀਆਂ ਸੀ, ਅਤੇ ਹਜੇ ਤੱਕ ਸਰ ਪਹੁੰਚਿਆ ਨਹੀਂ, ਫੋਨ ਆਇਆ ਸੀ ਜ਼ਰੂਰ। ਮੰਗ ਅਸੀਂ ਇਹੀ ਕਰਦੇ, ਸਾਡਾ ਸ਼ਾਂਤਮਈ ਕੰਢੀ ਏਰੀਆ ਹੈ, ਇਹਦੇ ਵਿੱਚ ਇੱਦਾਂ ਦਾ ਗੁੰਡਾਗਰਦੀ ਤੇਜ਼ਧਾਰ ਹਥਿਆਰ ਵਾਲੇ ਨੌਜਵਾਨਾਂ ਨੂੰ ਜਿਹੜਾ ਇਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਆ। ਹਾਂਜੀ, 20 ਤੋਂ 25 ਮੁੰਡੇ ਕੱਲ੍ਹ ਸ਼ਾਮ ਨੂੰ 5 ਵਜੇ ਦੇ ਕਰੀਬ ਕਾਫੀ ਤੇਜ਼ਧਾਰ ਹਥਿਆਰ ਉਹਨਾਂ ਦੇ ਕੋਲ ਡਾਟ ਡੰਡੇ ਗਾਲੀ ਗਲੋਚ ਕੀਤੀ ਇੱਥੇ ਮਾਰਕੀਟ ਦੇ ਵਿੱਚ। ਜਦੋਂ ਅਸੀਂ ਉਹਨਾਂ ਨੂੰ ਰੋਕਿਆ ਇਸ ਕਾਰਨ ਕਿਉਂ ਤੁਸੀਂ ਚੋਰ ਕੀਤਾ ਹੋਇਆ, ਤਾਂ ਅੱਗੇ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਅਸੀਂ ਕਿਸੇ ਨੂੰ ਨਹੀਂ ਡਰਦੇ, ਅਸੀਂ ਆਪਣੀ ਮਰਜ਼ੀ ਨਾਲ ਜੋ ਵੀ ਇੱਥੇ ਡਾਕਟਰ ਉਹਨਾਂ ਨੇ 2-4 ਵਾਰੀ ਉਹਨਾਂ ਨੂੰ ਡਰਾਉਣ ਤੱਕ ਥੋੜ੍ਹਾ ਕਿਹਾ ਵੀ ਇੱਥੋਂ ਚਲੇ ਜਾਓ ਵੀ ਮਾਰਕੀਟ ਦਾ ਮਾਹੌਲ ਖਰਾਬ ਹੁੰਦਾ, ਪਰ ਉਹ ਬੰਦੇ ਕਾਫੀ ਜ਼ਿਆਦਾ ਸੀਗੇ, ਅਸੀਂ ਵੀ ਡਰਦੇ ਸੀਗੇ ਕਿ ਸ਼ਾਇਦ ਸਾਡੇ 'ਤੇ ਕੋਈ ਨਾ ਹਮਲਾ ਕਰ ਦੇਵੇ ਕਿਉਂਕਿ ਹਥਿਆਰ ਫੜੇ ਹੋਏ ਸਨ ਉਹਨਾਂ ਨੇ। ਤਾਂ ਸਾਡੀ ਪ੍ਰਸ਼ਾਸਨ ਅੱਗੇ ਮੰਗ ਹੈ ਵੀ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਜਾਏ, ਉਹਨਾਂ ਦੀ ਪਹਿਚਾਣ ਕੀਤੀ ਜਾਏ ਅਤੇ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਵੇ।